ਬਿਲਕੁਲ ਨਜ਼ਦੀਕ 5 ਮਿੰਟ ਦਾ ਰਸਤਾ ਕਿਸੇ ਵੇਲੇ ਵੀ ਤੁਸੀਂ ਆ ਕੇ ਤਸੱਲੀ ਦੇ ਨਾਲ ਜ਼ਿਆਰਤ ਕਰ ਸਕਦੇ ਕਿਹੜੀ ਐਡੀ 4000 ਤੋਂ ਤੁਸੀਂ ਇਹ ਉਹ ਜਿਹੜੀ ਉਹ ਕਬਰਸਤਾਨ ਵਾਲੀ ਬੱਚੀਆਂ ਵਾਲੀ ਹਾਂ ਹਾਂਜੀ ਉਹ ਵੀ ਤੁਸੀਂ ਉੱਥੇ ਜਾਣਾ ਨਾ ਹਰਮ ਉਦੋਂ ਜਾ ਕੇ ਦੇਖ ਸਕਦੇ ਹੋ ਉੱਧਰ ਜਾਣਾ ਹੁਣ ਉੱਧਰ ਨਹੀਂ ਜਾਈਦਾ ਉੱਧਰ ਇੱਕ ਤਾਂ ਹੋ ਰਿਹਾ ਕੰਮ ਦੂਸਰੇ ਰੋਡ ਨੂੰ ਜਾਣਾ ਪੈਂਦਾ ਉੱਥੇ ਫਿਰ ਬੜਾ ਟੈਨਸ਼ਨ ਬਣਦੀ ਹੈ ਉੱਥੋਂ ਫਿਰ ਜਦੋਂ ਹਰਮ ਵਾਲੇ ਪਾਸੇ ਆਉਣਾ ਨਾ ਉੱਥੇ ਫਿਰ ਟੈਨਸ਼ਨ ਇਹ ਹੈ ਕਿ ਮਰੂਰ ਵਾਲੇ ਖੜੇ ਹੁੰਦੇ ਆ ਉੱਥੇ ਇਸ ਵਾਰ ਦੇ ਡਰਾਈਵਰ ਜਿਹੜੇ ਕੰਨੀ ਕਟਾਉਂਦੇ ਆ ਉਹ ਤਾਂ ਇਹਦਾ ਤੁਸੀਂ ਨਮਾਜ਼ ਪੜ੍ਹਨ ਜਾਣੀ ਤਾਂ ਉਦੋਂ ਤੁਸੀਂ ਜਾ ਸਕਦੇ ਬਾਬੇ ਫਾਜ਼ ਗੇਟ ਜਿਹੜਾ ਨਾ ਉਹਦੇ ਸਾਹਮਣੇ ਹੋ ਕੇ ਖਲੋ ਕੇ ਤੇ ਫਿਰ ਤੁਸੀਂ ਸਿੱਧੇ ਤੁਰ ਪੈਣਾ ਅੱਗੇ ਜਾਓਗੇ ਕਿ ਏਸੀ ਬੱਸਾਂ ਖਲੋਤੀਆਂ ਹੋਣੀਆਂ ਪੁੱਲ ਦੇ ਥੱਲੇ ਉਹਦੇ ਨਾਲ ਹੀ ਬਿਲਕੁਲ ਜਗ੍ਹਾ ਉਹਦਾ ਮਸਲਾ ਵੱਲ ਨਾ 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 ਇਹ ਬਾਬੇ ਫਾਜ਼ ਦੇ ਅੱਗੇ ਸਾਹਮਣੇ ਇਹ ਬਾਬੇ ਫਾਜ਼ ਦੇ ਸਾਹਮਣੇ ਜਾਓਗੇ ਨਾ ਤੁਸੀਂ ਜਿਹੜੀ ਨੀਲੀ ਸ਼ੀਸ਼ਿਆਂ ਵਾਲੀ ਬਿਲਡਿੰਗ ਖੜੀ ਹੈ ਨੀਲੇ ਸ਼ੀਸ਼ਿਆਂ ਵਾਲੀ ਬਿਲਡਿੰਗ ਦੇ ਪਰਲੇ ਪਾਸੇ ਸੱਜੇ ਪਾਸੇ ਜਾਂਦੇ ਹਾਂ ਉੱਥੇ ਨਾਲ ਹੀ ਬੱਸਾਂ ਵੀ ਅਤੇ ਵੈਗਨਾਂ ਵੀ ਖੜੀਆਂ ਹੁੰਦੀਆਂ ਨੇ ਉਹਨਾਂ ਦੇ ਨਾਲ ਜਗ੍ਹਾ ਬੱਸਾਂ ਵਗੈਰਾ ਕਿੱਥੇ ਜਾਂਦੀਆਂ ਨੇ ਉਹ ਮਦੀਨਾ ਰਿਆਜ਼ ਤਮਾਮ ਜੱਦਾ ਜੇ ਉਹ ਇੱਧਰ